ਦਰਦਨਾਕ ਹਾਦਸੇ ਦੀਆਂ ਤਸਵੀਰਾਂ ਨੇ ਜਿੱਥੇ ਕਾਰ ਚਲਾਉਂਦੇ ਚਾਲਕ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਕਾਰ ਬੇਕਾਬੂ ਹੋ ਕੇ ਇੱਕ ਦਰਖਤ ਚ ਜਾ ਵੱਜੀ, ਜਿਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਬੱਚਿਆਂ ਸਮੇਤ ਚਾਰ ਲੋਕ ਬੁਰੀ ਤਰ੍ਹਾਂ ਜ਼ਖਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਪਰਿਵਾਰ ਕਾਰ ਦੇ ਵਿੱਚ ਸਵਾਰ ਸਨ। ਪਰਿਵਾਰ ਦੇ 5 ਜੀ, ਜਿਨ੍ਹਾਂ ਦੇ ਵਿੱਚ 2 ਬੱਚੇ ਵੀ ਸਨ, ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਰਾਤ ਵਿੱਚ ਆਉਂਦਿਆਂ ਹੋਇਆਂ ਅਚਾਨਕ ਹੀ ਇਸ ਕਾਰ ਚਾਲਕ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਰਕੇ ਕਾਰ ਬੇਕਾਬੂ ਹੋ ਗਈ। ਰਫਤਾਰ ਤੇਜ਼ ਸੀ ਤੇ ਬੜੀ ਜ਼ੋਰ ਦੇ ਨਾਲ ਇਹ ਦਰਖਤ 'ਚ ਜਾ ਵੱਜੀ। ਦਰਖਤ 'ਚ ਵੱਜਦਿਆਂ ਹੀ ਕਾਰ ਬੁਰੀ ਤਰ੍ਹਾਂ ਦੇ ਨਾਲ ਚਕਨਾ ਚੂਰ ਹੋ ਗਈ ਤੇ ਮੂਹਰੇ ਬੈਠੀ ਕਾਰ ਚਾਲਕ ਤੇ ਉਸਦੀ ਭੈਣ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਜ਼ਖਮੀ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਤਸਵੀਰਾਂ ਹੁਸ਼ਿਆਰਪੁਰ ਦੇ ਮੁਕੇਰੀਆਂ ਨੇੜੇ ਪੈਂਦੇ ਹਾਜੀਪੁਰ ਸੜਕ ਦੀਆਂ ਨੇ, ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਬੜੀ ਹੀ ਤੇਜ਼ ਰਫਤਾਰ ਚਾਉਂਦੀ ਹੋਈ ਦਰਖਤ 'ਚ ਜਾ ਵੱਜੀ, ਜਿਸ ਕਰਕੇ ਮੂਹਰੇ ਬੈਠੇ ਭੈਣ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਲੋਕ ਜ਼ਖਮੀ ਹੋ ਗਏ। ਹਾਦਸੇ ਦਾ ਕਾਰਨ ਕਾਰ ਚਾਲਕ ਨੂੰ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਧਾਰਮਿਕ ਸਥਾਨ ਤੋਂ ਵਾਪਸ ਪਰਤ ਰਹੇ ਸਨ ਤਾਂ ਕਾਰ ਚਲਾਉਂਦੇ ਸ਼ਖਸ ਨੂੰ ਅਚਾਨਕ ਅਟੈਕ ਆ ਗਿਆ, ਜਿਸ ਕਰਕੇ ਗੱਡੀ ਬੇਕਾਬੂ ਹੋ ਗਈ। ਰਫਤਾਰ ਇਸ ਕਦਰ ਤੇਜ਼ ਸੀ ਕਿ ਜਦੋਂ ਦਰਖਤ ਦੇ ਵਿੱਚ ਇਹ ਗੱਡੀ ਜਾ ਕੇ ਵੱਜੀ ਤਾਂ ਪੂਰੀ ਤਰ੍ਹਾਂ ਦੇ ਨਾਲ ਚਕਨਾ ਚੂਰ ਹੋ ਗਈ, ਜੋ ਕਿ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੀ ਹੈ। ਇਸ ਕਾਰ ਚਾਲਕ ਦੇ ਨਾਲ ਉਸਦੀ ਭੈਣ ਵੀ ਮੂਹਰੇ ਬੈਠੀ ਹੋਈ ਸੀ ਤੇ ਦੋਨਾਂ ਦੀ ਹੀ ਹਾਦਸੇ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਹੈ। ਹਾਲਾਂਕਿ ਬਾਕੀ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਨੇ। ਉਹਨਾਂ ਨੂੰ ਵੀ ਗੁੱਝੀਆਂ ਸੱਟਾਂ ਲੱਗੀਆਂ ਨੇ, ਕਈ ਗੰਭੀਰ ਰੂਪ ਨਾਲ ਜ਼ਖਮੀ ਨੇ। ਉਧਰ ਦੋ ਪਰਿਵਾਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ, ਜਿੱਥੇ ਦੋਨਾਂ ਦੇ ਘਰਾਂ ਵਿੱਚ ਪਰਿਵਾਰਕ ਮੈਂਬਰ ਰੋ ਰੋ ਬੇਹਾਲ ਹੋ ਗਏ ਨੇ। ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹ ਹਾਜੀਪੁਰ ਸੇ ਗੱਡੀ ਆ ਰਹੀ ਸੀ, ਉਹ ਡਰਾਈਵਰ ਨੂੰ ਸ਼ਾਇਦ ਅਟੈਕ ਆ ਗਿਆ, ਟੱਪ ਜਾ ਕੇ ਫਿਰ ਇਸ ਨਾਲ ਨਾਲ ਵੱਜ ਗਿਆ। ਦੋ ਬੰਦੇ ਨੂੰ ਡੇਥ ਹੋ ਗਏ, ਉਹ ਚਾਰ ਦਿਨ ਆ ਗਏ। ਠੀਕ, ਕਬ ਕੀ ਘਟਨਾ ਜੀ? ਇਹ ਲਗਭਗ ਆਪਕੋ 5:30 ਵਜੇ। ਇੱਕ ਮਕੇੜੀਆਂ ਦੀ ਫੈਮਿਲੀ ਸੀ, ਦੁਪਹਿਰੇ ਕਿਸੇ ਧਾਰਮਿਕ ਸਥਾਨ 'ਤੇ ਗਏ ਸੀ। ਉੱਥੋਂ ਜਦੋਂ ਵਾਪਸ ਆਉਣ ਲੱਗੇ ਤਾਂ ਇੱਥੇ ਸ਼ਾਹ ਨੇ ਟੱਪੇ ਲਾਈਫ ਕੇਅਰ ਹੋਸਪਿਟਲ ਲੱਗ ਗਏ ਨਾ। ਜਿਹੜਾ ਬੰਦਾ ਚਾਲਕ ਸੀਗਾ ਜਾਇਸ਼, ਇਹਨੂੰ ਜਦ ਤੱਕ ਉਹ ਅਟੈਕ ਵਗੈਰਾ ਆ ਗਿਆ, ਉਸ ਨਾਲ ਗੱਡੀ ਬੇਕਾਬੂ ਹੋ ਗਈ। ਮੌਕੇ 'ਤੇ ਦੋਨੇ ਭੈਣ ਭਰਾ ਕੇ ਬੈਠੇ, ਦੋਨੇ ਡੈਥ ਹੋ ਗਈ ਆ। ਇਹਨਾਂ ਦੇ ਟੋਟਲ 6 ਸੀਗੇ, 6 'ਚੋਂ 4 ਜਿਹੜੇ ਜ਼ਖਮੀ ਹੈਗੇ ਉਹ DMC ਲੁਧਿਆਣਾ ਦਾ ਰੈਫਰ ਕਰਤਾ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਅਸੀਂ ਬਣਦੀ ਕਾਰਵਾਈ ਕਰ ਰਹੇ, 174 ਦੀ ਕਾਰਵਾਈ ਕਰ ਰਹੇ ਹਾਂ।